ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟੀਵੀ ਅਤੇ ਮੈਂ ਹਾਂ ਜੱਜ ਸਿੰਘ ਚਾਹਲ। ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜਦੋਂ ਵੀ ਕੋਈ ਦਿਨ ਤਿਉਹਾਰ ਹੁੰਦਾ ਹੈ ਤਾਂ ਉੱਥੋਂ ਜਥੇਦਾਰ ਨੇ ਸੰਦੇਸ਼ ਜਾਰੀ ਕਰਨਾ ਹੁੰਦਾ ਹੈ ਤਾਂ ਹਰ ਵਾਰ ਇੱਕ ਟਕਰਾਅ ਦੀ ਸਥਿਤੀ ਬਣ ਜਾਂਦੀ ਹੈ ਅਤੇ ਇਸ ਵਾਰ ਵੀ ਕੁਝ ਅਜਿਹਾ ਹੀ ਹੋਇਆ। ਬੰਦੀ ਛੋੜ ਦਿਵਸ 'ਤੇ ਜਦੋਂ ਜਥੇਦਾਰ ਹਰਪ੍ਰੀਤ ਸਿੰਘ ਨੇ ਸੰਦੇਸ਼ ਜਾਰੀ ਕਰਨਾ ਸੀ ਤਾਂ ਉਹਨਾਂ ਦਾ ਵਿਰੋਧ ਕਰਦਿਆਂ ਕੁਝ ਸਿੰਘਾਂ ਨੇ ਉੱਥੇ ਕਿਰਪਾਨਾਂ ਲਹਿਰਾ ਦਿੱਤੀਆਂ। ਜਦੋਂ 2010 ਨਵੰਬਰ 2015 ਨੂੰ ਚੱਬੇ ਦੀ ਧਰਤੀ 'ਤੇ ਸਰਬੱਤ ਖਾਲਸਾ ਹੋਇਆ ਸੀ, ਉਹਦੇ ਵਿੱਚ ਜਿਹੜੀ ਸੰਗਤ ਨੇ ਫੈਸਲਾ ਕੀਤਾ ਵਾ, ਜਗਤਾਰ ਸਿੰਘ, ਭਾਈ ਜਗਤਾਰ ਸਿੰਘ ਜੀ ਹਵਾਰਾ ਅਤੇ ਉਹਨਾਂ ਦੇ ਐਕਟਿੰਗ ਜਥੇਦਾਰ ਜੋ ਆ ਉਹ ਭਾਈ ਧਿਆਨ ਸਿੰਘ ਜੀ ਮੰਡ, ਜੋ ਕਿ ਬਰਗਾੜੀ ਵਿਖੇ ਆਪਣਾ ਮੋਰਚਾ ਲਾ ਕੇ ਬੈਠੇ ਆ, ਉਹਨਾਂ ਦੀਆਂ ਮੰਗਾਂ ਹਾਲੇ ਤੱਕ ਸਰਕਾਰ ਨੇ ਮੰਨੀਆਂ ਨਹੀਂ ਅਤੇ ਉਹ ਜਦੋਂ ਤੱਕ ਨਹੀਂ ਮੰਨਦੀ ਉਦੋਂ ਤੱਕ ਮੋਰਚਾ ਵੀ ਜਾਰੀ ਰਹੂਗਾ ਅਤੇ ਜਿਹੜੇ ਜਥੇਦਾਰ ਬਾਦਲਾਂ ਦੇ ਉਹਨਾਂ ਨੂੰ ਕਿਤੇ ਵੀ ਸੰਦੇਸ਼ ਪੜਨ ਦਾ, ਸੰਗਤ ਉਹਨਾਂ ਦਾ ਵਿਰੋਧ ਕਰੂਗੀ ਕਿਉਂਕਿ ਜਥੇਦਾਰ ਜਿਹੜੇ ਆ ਭਾਈ ਜਗਤਾਰ ਸਿੰਘ ਵਾਰਾ ਅਤੇ ਧਿਆਨ ਸਿੰਘ ਮੰਡ। ਬਰਗਾੜੀ ਮੋਰਚੇ ਦੇ ਸਮਰਥਕ ਇਹਨਾਂ ਸਿੰਘਾਂ ਦਾ ਕਹਿਣਾ ਹੈ ਕਿ ਜਥੇਦਾਰ ਹਰਪ੍ਰੀਤ ਸਿੰਘ ਵੀ ਪਹਿਲੇ ਗਿਆਨੀ ਗੁਰਬਚਨ ਸਿੰਘ ਵਰਗੇ ਹੀ ਨੇ, ਜੋ ਕਿ ਬਾਦਲਾਂ ਦੀ ਗੱਲ 'ਤੇ ਗੌਰ ਕਰਦੇ ਨੇ ਅਤੇ ਬਾਦਲਾਂ ਦੀ ਗੱਲ ਨੂੰ ਹੀ ਅੱਗੇ ਪਹੁੰਚਾਉਂਦੇ ਨੇ, ਉਹ ਅਸਲੀ ਜਥੇਦਾਰ ਨਹੀਂ। ਇਹ ਅਕਾਲ ਤਖਤ ਦਾ ਇਹਨਾਂ ਨੇ ਬਾਦਲਾਂ ਨੇ ਬਣਾਇਆ ਜਥੇਦਾਰ ਹਰਪ੍ਰੀਤ ਸਿੰਘ ਸੰਦੇਸ਼ ਦੇਣ ਲੱਗਾ ਅਤੇ ਸੰਗਤਾਂ ਨੇ ਉਸਦਾ ਡੱਟ ਕੇ ਵਿਰੋਧ ਕੀਤਾ ਕਿਉਂਕਿ ਜਿਹੜਾ ਪਹਿਲਾਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਸੀ ਉਹ ਵੀ ਉਹਨਾਂ ਦਾ ਸੀ ਅਤੇ ਇਹ ਵੀ ਇਹਨਾਂ ਦਾ ਇੱਕ ਮੁਲਾਜ਼ਮ ਆ ਜਿਹੜਾ ਕਿ ਹਰਪ੍ਰੀਤ ਸਿੰਘ ਆ। ਇਹ ਆਪਣੀ ਇਹ ਮਾਨ ਮਰਯਾਦਾ ਬਣਾ ਲੈਂਦੇ ਆ ਲਿਫਾਫੇ 'ਚ, ਜਿਹਨੂੰ ਮਰਜ਼ੀ ਜਥੇਦਾਰ ਬਣਾ ਦੇਣ। ਹਰ ਵਾਰ ਜਦੋਂ ਵੀ ਕੋਈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਵੱਲੋਂ ਹੁਕਮਨਾਮਾ ਜਾਰੀ ਕੀਤਾ ਜਾਣਾ ਹੁੰਦਾ ਹੈ, ਸੰਦੇਸ਼ ਜਾਰੀ ਕੀਤਾ ਜਾਣਾ ਹੁੰਦਾ ਹੈ, ਉਦੋਂ ਹਰ ਵਾਰ ਕਲੈਸ਼ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਜ਼ਰੂਰ ਹੋ ਜਾਂਦਾ ਹੈ। ਪਿਛਲੀ ਵਾਰ ਵੀ ਸਿਮਰਨਜੀਤ ਸਿੰਘ ਮਾਨ ਨੂੰ ਲੈ ਕੇ ਕਲੈਸ਼ ਹੋਇਆ ਸੀ, ਮਾਈਕ 'ਤੇ ਬੋਲਣ ਨੂੰ ਲੈ ਕੇ ਕਲੈਸ਼ ਹੋ ਗਿਆ ਸੀ। ਜਰਨੈਲ ਸਿੰਘ ਪਿੰਡਰਾਂਵਾਲੇ ਦੇ ਨਾਅਰੇ ਵੀ ਇੱਥੇ ਪਿਛਲੀ ਵਾਰ ਵੀ ਲੱਗੇ ਸਨ ਅਤੇ ਇਸ ਵਾਰ ਵੀ ਲੱਗਦੇ ਦਿਖਾਈ ਦਿੱਤੇ। ਜੋ ਬਰਗਾੜੀ ਮੋਰਚੇ ਦੇ ਸਮਰਥਕ ਇੱਥੇ ਪਹੁੰਚੇ ਸਨ ਉਹਨਾਂ ਨੇ ਸਾਫ਼ ਤੌਰ 'ਤੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਅਤੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਨੇ, ਨਾ ਕਿ ਜਥੇਦਾਰ ਹਰਪ੍ਰੀਤ ਸਿੰਘ ਇੱਥੋਂ ਦੇ ਅਸਲੀ ਜਥੇਦਾਰ ਨੇ। ਇਸੇ ਨੂੰ ਲੈ ਕੇ ਇੱਥੇ ਕਲੈਸ਼ ਹੁੰਦਾ ਦਿਖਾਈ ਦਿੱਤਾ। ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕੇ ਇਹਨਾਂ ਨੇ ਉੱਥੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਜਥੇਦਾਰ ਦਾ ਵਿਰੋਧ ਵੀ ਇੱਥੇ ਕਰਨਾ ਸ਼ੁਰੂ ਕਰ ਦਿੱਤਾ। ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਇਸ ਤੋਂ ਪਹਿਲਾਂ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਪਣਾ ਅਸਤੀਫਾ ਦੇ ਦਿੱਤਾ ਸੀ ਕਿਉਂਕਿ ਕਈ ਮੁੱਦਿਆਂ ਨੂੰ ਲੈ ਕੇ ਉਹਨਾਂ ਦਾ ਕਾਫੀ ਵਿਰੋਧ ਹੋ ਰਿਹਾ ਸੀ। ਜੋ ਡੇਰਾ ਮੁਖੀ ਰਾਮ ਰਹੀਮ ਨੂੰ ਮੁਆਫੀ ਦਿੱਤੀ ਗਈ ਸੀ ਉਸ ਨੂੰ ਲੈ ਕੇ ਵੀ ਉਹਨਾਂ ਦਾ ਕਾਫੀ ਵਿਰੋਧ ਹੋਇਆ ਸੀ, ਜਿਸ ਤੋਂ ਬਾਅਦ ਦਬਾਅ ਹੇਠ ਆ ਕੇ ਉਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਸੀ। ਉਹਨਾਂ ਦੇ ਅਸਤੀਫੇ ਤੋਂ ਬਾਅਦ ਜਥੇਦਾਰ ਹਰਪ੍ਰੀਤ ਸਿੰਘ ਨੂੰ ਇੱਥੋਂ ਦਾ ਕਾਰਜਕਾਰੀ ਜਥੇਦਾਰ ਲਾਇਆ ਗਿਆ ਸੀ, ਜਿਨ੍ਹਾਂ ਦਾ ਕਿ ਹੁਣ ਵਿਰੋਧ ਹੋਣਾ ਸ਼ੁਰੂ ਹੋ ਚੁੱਕਿਆ ਹੈ। ਇਸ ਤਰ੍ਹਾਂ ਕਿਹਾ ਇਹ ਜਾ ਰਿਹਾ ਹੈ ਕਿ ਬਾਦਲ ਜਾਣ ਬੁੱਝ ਕੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਆਪਣਾ ਜਥੇਦਾਰ ਲਾਉਂਦੇ ਨੇ ਤਾਂ ਜੋ ਵੀ ਉਹ ਆਪਣੇ ਰਾਜਨੀਤਿਕ ਫਾਇਦੇ ਲਈ ਚਾਹੁਣ ਇਹਨਾਂ ਜਥੇਦਾਰਾਂ ਤੋਂ ਕਹਾ ਸਕਣ, ਜੋ ਕਿ ਇਹਨਾਂ ਸੰਗਤਾਂ ਨੂੰ ਮਨਜ਼ੂਰ ਨਹੀਂ ਹੈ। ਇਹ ਕੁਝ ਇੱਥੇ ਬਰਗਾੜੀ ਮੋਰਚੇ ਦੇ ਸਮਰਥਕ ਸਿੰਘ ਕਹਿੰਦੇ ਦਿਖਾਈ ਦਿੱਤੇ। ਪਰ ਇੱਥੇ ਇੱਕ ਸਵਾਲ ਹੁਣ ਅਸੀਂ ਤੁਹਾਡੇ ਤੋਂ ਵੀ ਪੁੱਛ ਲੈਣਾ ਚਾਹੁੰਦੇ ਹਾਂ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕੇ ਅਜਿਹੀ ਨਾਅਰੇਬਾਜ਼ੀ ਕਰਨਾ, ਜਥੇਦਾਰ ਦਾ ਵਿਰੋਧ ਕਰਨਾ ਤੁਹਾਨੂੰ ਸਹੀ ਲੱਗਦਾ ਅਤੇ ਧਿਆਨ ਸਿੰਘ ਮੰਡ ਅਸਲੀ ਜਥੇਦਾਰ ਨੇ, ਜਿਵੇਂ ਕਿ ਇਹਨਾਂ ਸਿੰਘਾਂ ਦਾ ਕਹਿਣਾ ਹੈ, ਇਹਨਾਂ ਸਿੰਘਾਂ ਨਾਲ ਤੁਸੀਂ ਸਹਿਮਤ ਹੋ? ਇਸ ਬਾਰੇ ਤੁਹਾਡੀ ਕੀ ਰਾਏ ਹੈ? ਇਸ ਵੀਡੀਓ 'ਤੇ ਕਮੈਂਟ ਕਰਕੇ ਆਪਣੀ ਰਾਏ ਖੁੱਲ੍ਹ ਕੇ ਬੇਬਾਕ ਹੋ ਕੇ ਜ਼ਰੂਰ ਦਿਓ। ਜੇਕਰ ਤੁਸੀਂ ਅਜੇ ਤੱਕ ਦਾ ਪੰਜਾਬ ਟੀਵੀ ਨੂੰ ਯੂਟਿਊਬ 'ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਹੁਣੇ ਸਬਸਕ੍ਰਾਈਬ ਕਰ ਲਓ। ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫੇਰ ਹਾਜ਼ਰ ਹੋਵਾਂਗਾ। ਤੁਸੀਂ ਇਸੇ ਤਰ੍ਹਾਂ ਹੀ ਦੇਖਦੇ ਰਹੋ ਦਾ ਪੰਜਾਬ ਟੀਵੀ, ਹਰ ਖਬਰ ਦਾ ਸੱਚ।